ਇਹਨਾਂ ਦੇ ਪੱਤੇ ਹੁੰਦੇ ਆ ਜੀ ਆ ਹਰੇ, ਠੀਕ ਹੈ, ਇਹ ਪਸ਼ੂ ਵਾਸਤੇ ਬਹੁਤ ਗੁਣਕਾਰੀ ਆ, ਵੇਖੋ ਮੇਰਾ ਵੀਰੇ ਇਹ 'ਚ ਫਲੀਆਂ ਵੀ ਹੁੰਦੀਆਂ, ਠੀਕ ਹੈ, ਇਹ ਸਭ ਪਸ਼ੂਆਂ ਦੀ ਮਤਲਬ ਇਹ ਜਗਾਲੀ ਦੇ ਵਿੱਚ ਆਉਣ ਵਾਲੀ ਚੀਜ਼ ਹੈ, ਇਹ ਵੀ ਆਪਾਂ ਬਾਈ ਪੂਰਾ ਸਾਲ ਵਰਤੋਂ ਕਰ ਸਕਦੇ। ਹਾਂਜੀ ਹਾਂਜੀ, ਇਹ ਵੀ ਇਹ ਦੋਨਾਂ ਦੀ ਤਾਂ ਵਰਤੋਂ ਵੀ ਸੇਮ ਆ, ਰੇਟ ਵੀ ਲਗਭਗ ਸੇਮ ਆ। ਹਾਂਜੀ, ਤੇ ਇਹਨਾਂ ਦੇ ਵਿੱਚ ਜਿਹੜੇ ਤੱਤ ਆ ਉਹ ਵੀ ਸੇਮ ਆ, ਸੇਮ ਹੀ ਆ। ਹਾਂਜੀ, ਪਰ ਇਹਦੇ 'ਚ ਅਸੀਂ ਨੋਟ ਕਰਿਆ ਵੀ ਜਾਣੀ ਜਦੋਂ ਇਹ ਪੈਂਦਾ ਤੇ ਇਹਦੇ ਨਾਲ ਪ੍ਰੋਡਕਸ਼ਨ ਤੇ ਫਰਕ ਪੈਂਦਾ, ਮਿਲਕ ਪ੍ਰੋਡਕਸ਼ਨ ਘਟਦਾ ਕਿ ਵੱਧਦਾ? ਵੱਧਦਾ ਵੀਰੇ, ਇਹਦੇ ਨਾਲ ਵੱਧਦਾ। ਹਾਂਜੀ, ਆ ਮੋਠ ਦਾ ਜਿਹੜਾ ਨੀਰਾ ਹੁੰਦਾ ਵੀਰੇ, ਇਹ ਪਹੁੰਚਦਾ ਹੈ ਜੀ, ਮਤਲਬ ਇਹ 100-200 ਰੁਪਏ ਮੂੰਗਫਲੀ ਤੋਂ ਸਸਤਾ ਪਹੁੰਚਦਾ ਜੀ। ਗਵਾਰੇ ਦਾ ਤਾਂ ਹੁਣ ਸਾਰਿਆਂ ਕੋਲੇ ਹੈਗਾ ਹੀ ਹੈ ਜੀ, ਇਹ 500-100 ਦੇ ਵਿੱਚ ਵਿੱਚ ਹੀ ਰਹਿ ਜਾਂਦਾ ਜੀ। ਵੀ ਮੂੰਗਫਲੀ ਦਾ ਨੀਰੇ ਦੀ ਆਪਾਂ ਗੱਲ ਕਰੀਏ, ਆਪਾਂ ਨੂੰ 700 ਰੁਪਿਆ ਆਪਣੇ ਏਰੀਏ 'ਚ। ਹਾਂਜੀ ਹਾਂਜੀ, ਤੇ ਮੋਠ ਦਾ ਨੀਰਾ ਹੈ, ਮੋਠ ਦਾ 500-600 ਰੁਪਏ 'ਚ ਮਸਾ, ਤੇ ਗਵਾਰੇ ਦਾ? ਗਵਾਰੇ ਦਾ ਤਾਂ 500 ਤੋਂ ਅੰਦਰ ਅੰਦਰ ਹੀ ਰਹਿੰਦਾ, 15 ਕਿਲੋ ਪਸ਼ੂ ਖਾਂਦਾ ਇਹਨੂੰ ਐਵਰੇਜ। ਵੀ ਤੁਸੀਂ ਜੇ ਹਾਰਡ 'ਚ ਪਾਉਂਦੇ ਹੋ 5-7 ਪਸ਼ੂਆਂ ਨੂੰ, ਐਵਰੇਜ ਤੁਹਾਡੀ 15 ਕਿਲੋ ਆਊਗੀ 24 ਘੰਟਿਆਂ ਦੇ ਵਿੱਚ। ਹਾਂਜੀ, ਕੱਲਾ ਨੀਰਾ 15 ਕਿਲੋ, ਕੱਲਾ ਨੀਰਾ। ਹਾਂਜੀ, ਨਾ ਤੋੜੀ ਨਾ ਪੱਠਾ। ਅੱਛਾ ਵੀ, ਜੇ ਆਪਣੇ ਕੋਲੇ ਪੱਠੇ ਖਤਮ ਹੋ ਗਏ, ਹਾਂਜੀ, ਆਪਾਂ ਕੱਲੇ ਨੀਰੇ ਦੀ ਵਰਤੋਂ ਕਰ ਸਕਦੇ ਹਾਂ? ਹੋ ਸਕਦੀ ਹੈ, ਜਦੋਂ ਆਪਣੇ ਕੋਲੇ ਹਰਾ ਪੱਠਾ ਮੁੱਕ ਜਾਂਦਾ, ਆਪਾਂ ਕੱਲਾ ਮੂੰਗਫਲੀ ਦਾ ਨੀਰਾ ਜਾਂ ਮੋਠ ਦਾ ਪਾਉਂਦੇ ਹਾਂ ਨਾ, ਆਪਣੇ ਐਨੀਮਲ ਜਿਹੜੇ ਪਸ਼ੂ ਆ ਆਪਣੇ ਸਿਰਫ 1-2 ਕਿਲੋ ਦੁੱਧ ਹੀ ਡ੍ਰੌਪ ਕਰਦੇ ਆ, ਠੀਕ ਹੈ, ਇਹ ਸੇਮ ਬੈਲੈਂਸ ਹੀ ਚੱਲਦਾ, ਬੈਲੈਂਸ ਚੱਲੂਗਾ ਬੈਲੈਂਸ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਜਦੋਂ ਆਪਾਂ ਡੇਅਰੀ ਫਾਰਮ ਦਾ ਕੰਮ ਸ਼ੁਰੂ ਕਰਦੇ ਹਾਂ, ਉਹਦੇ ਵਿੱਚ ਕੁਛ ਕੁ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਨਹੀਂ ਪਤਾ ਹੁੰਦਾ, ਜਿਵੇਂ ਕਿ ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚ ਨੀਰਿਆਂ ਦੀ ਗੱਲ ਕਰਨੀ ਹੈ, ਵੀ ਜੇ ਆਪਾਂ ਐਚ ਐਫ ਜਿਹੜੀਆਂ ਆਪਣੀਆਂ ਗਾਈਆਂ ਹੁੰਦੀਆਂ, ਐਚ ਐਫ ਗਾਈਆਂ ਦਾ ਆਪਣੇ ਕੋਲ ਡੇਅਰੀ ਫਾਰਮ ਹੈਗਾ, ਜੇ ਆਪਾਂ ਐਚ ਐਫ ਗਾਈਆਂ ਨੂੰ ਨੀਰਾ ਪਾਈਏ ਤਾਂ ਕਿਹੜਾ ਨੀਰਾ ਪਾ ਸਕਦੇ ਹਾਂ, ਕਿੰਨੀ ਮਾਤਰਾ ਦੇ ਵਿੱਚ ਪਾ ਸਕਦੇ ਹਾਂ, ਵੀ ਉਹਦੇ ਕੋਈ ਨੁਕਸਾਨ ਵੀ ਹੈਗੇ ਕਿ ਹੈ ਨਹੀਂ ਗੇ, ਇਹ ਸਾਰੀਆਂ ਗੱਲਾਂ ਅੱਜ ਆਪਾਂ ਕਲੀਅਰ ਕਰਨੀਆਂ। ਤੇ ਆਪਾਂ ਅੱਜ ਜੈਸਰ ਪਹੁੰਚੇ ਸੀ ਬਾਈ ਅੰਮ੍ਰਿਤ ਦੇ ਡੇਅਰੀ ਫਾਰਮ ਦੇ ਵਿੱਚ, ਜਿਹੜੇ ਕਿ ਨੀਰਿਆਂ ਦੀ ਵਰਤੋਂ ਕਰਦੇ ਆ ਆਪ, ਅਲੱਗ ਅਲੱਗ ਪ੍ਰਕਾਰ ਦੇ ਜਿਹੜੇ ਨੀਰੇ ਹੁੰਦੇ ਆ, ਜਿਵੇਂ ਕਿ ਮੂੰਗੀ ਦਾ ਹੋ ਗਿਆ, ਗਵਾਰੇ ਦਾ ਹੋ ਗਿਆ, ਮੂੰਗਫਲੀ ਦਾ ਹੋ ਗਿਆ, ਹੈ ਨਾ, ਇਹ ਨੀਰਿਆਂ ਦੀ ਇਹ ਵਰਤੋਂ ਕਰੀ ਜਾਂਦੇ ਆ। ਤੇ ਆਪਾਂ ਇਹਨਾਂ ਤੋਂ ਅੱਜ ਪੁੱਛਾਂਗੇ ਵੀ ਨੀਰੇ ਆ ਜਿਹੜੇ ਇਹ ਕਿੰਨੀ ਕੁ ਮਾਤਰਾ ਦੇ ਵਿੱਚ ਇੱਕ ਜਾਨਵਰ ਨੂੰ ਪਾਉਣੇ ਆ, ਤੇ ਇਹਨਾਂ ਦੇ ਕੀ ਫਾਇਦੇ ਆ, ਤੇ ਜੇ ਇਹਨਾਂ ਦਾ ਕੋਈ ਨੁਕਸਾਨ ਵੀ ਹੈਗਾ ਤੇ ਕੀ ਨੁਕਸਾਨ ਹੈ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਮੈਂ ਵੀ ਇੱਥੇ ਬਹਿ ਜਾਵਾਂ ਨਾ। ਤੇ ਅੱਜ ਆਪਾਂ ਜਿਵੇਂ ਨੀਰਿਆਂ ਦੀ ਗੱਲ ਕਰਨੀ ਆ ਇਹਨਾਂ ਦੀ, ਜਿਵੇਂ ਹੁਣ ਆਪਣੇ ਕੋਲੇ ਇਸ ਟਾਈਮ ਕਿਹੜੇ ਕਿਹੜੇ ਨੀਰੇ ਆ ਜਿਹੜੇ ਇੱਥੇ ਆਪਣੇ ਕੋਲੇ ਮੌਜੂਦ ਆ? ਹਾਂਜੀ, ਆਪਣੇ ਕੋਲੇ ਮੇਰਾ ਵੀਰੇ ਆ ਮੂੰਗਫਲੀ ਦਾ, ਤੇ ਆ ਮੋਠ ਦਾ ਜੀ, ਆ ਮੋਠ ਦਾ ਨੀਰਾ। ਹਾਂਜੀ, ਕੋਲੇ ਕਰਕੇ ਵਿਖਾ ਦਿਓ ਵੀਰੇ, ਆ ਮੂੰਗਫਲੀ ਦਾ, ਆ ਨੀਰਾ ਮੂੰਗਫਲੀ ਦਾ। ਹਾਂਜੀ, ਇਹਦੇ ਵਿੱਚ ਮੂੰਗਫਲੀ ਹੁੰਦੀ ਹੈ, ਥੋੜੀ ਹੁੰਦੀ ਹੈ ਪਰ ਹੁੰਦੀ ਜ਼ਰੂਰ, ਆ ਵੇਖ ਵੀ ਸਕਦੇ ਆ ਆਪਾਂ। ਹਾਂਜੀ, ਹਾਂਜੀ, ਆ ਮੋਠ ਦਾ ਮੇਰਾ ਵੀਰ, ਇਹ ਮੋਠ ਦਾ ਨੀਰਾ। ਹਾਂਜੀ, ਤੇ ਆ ਵੇਖ ਲਓ, ਠੀਕ ਹੈ, ਤੇ ਆਹ ਗਵਾਰੇ ਦਾ, ਇਹ ਤਾਂ ਪਤਾ ਹੀ ਹੈ ਸਾਰੇ। ਹਾਂ, ਇਹ ਸਾਰਿਆਂ ਦੀ ਵਰਤੋਂ ਹੋ ਜਾਂਦੀ ਹੈ ਜੀ, ਆਪਾਂ ਪਾ ਸਕਦੇ ਆ ਜਾਨੀ ਪਸ਼ੂਆਂ ਨੂੰ। ਆ ਮੂੰਗਫਲੀ ਦਾ ਤੇ ਮੋਠ ਦਾ ਤਾਂ ਅਸੀਂ ਪੂਰਾ ਸਾਲ ਵਾਂਗੂ ਹੀ ਯੂਜ ਕਰ ਲੈਂਦੇ ਆ, ਬਸ ਕੁਛ ਹੀ। ਹਾਂਜੀ, ਮੂੰਗਫਲੀ ਦਾ ਤੇ ਮੋਠ ਦਾ ਸਾਲ ਭਰ ਸਾਲ ਵਾਂਗੂ, ਬਸ ਕੁਛ ਜਦੋਂ ਬਾਹਲੀ ਹੀਟ ਹੁਟ ਹੁੰਦੀ ਹੈ ਉਦੋਂ ਨਹੀਂ, ਚਲੋ ਪੱਠੇ ਪੁੱਠੇ ਹੁੰਦੇ ਤਾਂ ਇਹ ਵਧੀਆ ਖੁਰਾਕ ਪੂਰੀ ਕਰਦੇ ਪਸ਼ੂ ਦੀ। ਆ ਅਸੀਂ ਜ਼ਿਆਦਾ ਸਰਦੀ ਚ ਯੂਜ ਕਰਦੇ ਆ ਜੀ ਪਸ਼ੂਆਂ ਨੂੰ, ਗਵਾਰੇ ਦਾ। ਹਾਂਜੀ, ਬਸ ਇਹਦਾ ਗਵਾਰੇ ਦਾ ਇਸ ਤਰ੍ਹਾਂ ਹੁੰਦਾ ਮੇਰਾ ਵੀਰ, ਵੀ ਇਹਦੀ ਮਿਕਸਿੰਗ ਜ਼ਰੂਰੀ ਹੁੰਦੀ ਥੋੜੀ ਜੀ, ਇਹਨੂੰ ਕੱਲਾ ਪਾਉਣ ਨਾਲ ਪੀਐਚ ਥੋੜਾ ਜਿਹਾ ਉੱਪਰ ਨੀਚੇ ਜ਼ਿਆਦਾ ਕਰ ਦਿੰਦਾ ਪਸ਼ੂ ਦਾ, ਫਾਰਾ ਫੂਰ ਆ ਜਾਂਦਾ, ਕਿਉਂ ਇਹ ਐਚ ਐਫ ਥੋੜੀਆਂ ਵੱਡੀਆਂ ਹੁੰਦੀਆਂ ਜ਼ਿਆਦਾ ਖਾ ਜਾਂਦੀਆਂ ਇਹਨੂੰ, ਤੇ ਇਹਨੂੰ ਮੇਰਾ ਵੀਰ ਤੁਸੀਂ ਮਿਕਸਿੰਗ ਦੇ ਵਿੱਚ ਕਿਸੇ ਵੀ ਚੀਜ਼ 'ਚ ਰਲਾ ਕੇ ਪਾਓ ਤਾਂ ਠੀਕ ਹੈ। ਹਾਂਜੀ, ਇਸ ਤਰ੍ਹਾਂ ਹੈ ਵੀ ਥੋੜਾ ਜਿਹਾ ਇਹਨਾਂ ਨੂੰ ਇੱਕ ਨਾ ਸਲਾਬ ਤੋਂ ਬਚਾਉਣਾ ਪੈਂਦਾ ਨੀਰਿਆਂ ਨੂੰ, ਵੀ ਇਹ ਮੋਇਸਚਰ ਨਾ ਇਹਨਾਂ ਵਿੱਚ ਆਵੇ, ਗਿੱਲੇ ਨਾ ਹੋਣ, ਮੀਂਹ 'ਚ ਤਾਂ ਜਮਾਂ ਹੀ ਨਹੀਂ ਭਿੱਜਣੇ ਚਾਹੀਦੇ, ਠੀਕ ਹੈ, ਤੇ ਕਿਸੇ ਗਿੱਲੀ ਚੀਜ਼ ਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਮਿਕਸ ਕਰਕੇ ਨਹੀਂ ਪਸ਼ੂਆਂ ਨੂੰ ਖਵਾਉਣਾ, ਵੀ ਗਿੱਲੇ ਦਾਣੇ 'ਚ ਜ਼ਿਆਦਾ, ਵੀ ਹਾਂ ਇਹ ਖੁਸ਼ਕੀ ਪਵੇ ਤਾਂ ਜ਼ਿਆਦਾ ਚੰਗਾ ਰਹਿੰਦਾ।
ਨਹੀਂ ਉਸ ਹਿਸਾਬ ਨਾਲ ਤਾਂ ਜਿਵੇਂ ਆਪਾਂ ਫਿਰ ਜਿਵੇਂ ਆਪਾਂ ਜਮੀ ਦੀ ਵਰਤੋਂ ਕਰਦੇ ਹਾਂ ਉਹਦੇ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ। ਜਦੋਂ ਤਾਂ ਮੇਰਾ ਵੀਰ ਹਰੇ ਪੱਠੇ ਦੇ ਵਿੱਚ ਜ਼ਿਆਦਾ ਪਾਣੀ ਹੈ ਉਦੋਂ ਤੁਸੀਂ ਹਰੇ ਪੱਠੇ ਨੂੰ ਅਲੱਗ ਪਾਓ, ਇਹਨੂੰ ਅਲੱਗ ਪਾਓ, ਠੀਕ ਹੈ ਵੀ। ਤੇ ਕੋਈ ਟਾਈਮ ਹਰੇ ਪੱਠੇ ਦਾ ਇਹੋ ਜਿਹਾ ਵੀ ਆਉਂਦਾ ਵੀ ਉਹ 'ਚ ਡਰਾਈ ਮੈਟਰ ਵੱਧ ਜਾਂਦਾ, ਜਾਣੀ ਉਹ 'ਚ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ, ਉਦੋਂ ਤੁਸੀਂ ਇਹਨੂੰ ਮਿਕਸਿੰਗ ਕਰ ਸਕਦੇ। ਹੁਣ ਜੇ ਆਪਾਂ ਮੂੰਗਫਲੀ ਦੇ ਨੀਰੇ ਦੀ ਗੱਲ ਕਰਾਂਗੇ, ਹਾਂਜੀ ਇਹ ਆਪਣਾ ਪਸ਼ੂ ਹੈ ਜਿਹੜਾ, ਹਾਂਜੀ ਇੱਕ ਦਿਨ 'ਚ ਕਿੰਨਾ ਕੁ ਨੀਰਾ ਖਾ ਜਾਂਦਾ, ਖਰਚਾ ਕਿੰਨਾ ਕੁ ਆਉਂਦਾ ਇਹਦਾ ਕਹਿਣ ਦਾ ਮਤਲਬ, ਤੇ ਆਪਾਂ ਇਹਦੀ ਵਰਤੋਂ ਕਦੋਂ ਕਰ ਸਕਦੇ ਹਾਂ, ਜਦੋਂ ਆਪਣੇ ਕੋਲੇ ਪੱਠੇ ਹੈ ਨਹੀਂ ਤਾਂ ਕਰ ਸਕਦੇ ਹਾਂ ਕਿ ਰੈਗੂਲਰ ਕਰ ਸਕਦੇ ਹਾਂ? ਰੈਗੂਲਰ ਪਸ਼ੂ ਦਾ ਡਰਾਈ ਮੈਟਰ ਪੂਰਾ ਕਰਨ ਵਾਸਤੇ, ਉਹਦੀ ਵਜਨ ਦੀ ਖੁਰਾਕ ਪੂਰੀ ਕਰਨ ਵਾਸਤੇ ਵਧੀਆ ਚੀਜ਼ ਹੈ। ਇਹ 1 ਕਿਲੋ ਨੂੰ 1 ਕਿਲੋ ਵਾਂਗ ਹੀ ਇਹ ਖੁਰਾਕ ਪੂਰੀ ਕਰਦਾ, ਜੇ ਤੁਸੀਂ 1 ਕਿਲੋ ਪਾਓਗੇ ਤੇ 1 ਕਿਲੋ ਡਰਾਈ ਮੈਟਰ ਐਨੀਮਲ ਦਾ ਇਹ ਪੂਰਾ ਕਰਦਾ। ਵਰਤੋਂ ਵੀਰ ਇਹਦੀ ਖਾਣ ਦੀ ਜਿਹੜੀ ਗੱਲ ਹੈ, 5-7 ਕੁਇੰਟਲ ਦੀ ਆਪਾਂ ਗਾਂ ਦੀ ਗੱਲ ਕਰਦੇ ਹਾਂ, 2-4 ਕਿਲੋ ਮੇਰਾ ਵੀਰ ਇੱਧਰ ਉੱਧਰ ਹੋ ਸਕਦਾ, 15 ਕਿਲੋ 24 ਘੰਟਿਆਂ ਦਾ ਖਾਂਦਾ ਮੇਰਾ ਵੀਰ। ਇਹਨੂੰ ਤੁਸੀਂ ਪਸ਼ੂ ਨੂੰ ਖੁੱਲਾ ਛੱਡ ਦਿਓ, ਛਾਣ ਕੇ ਵਧੀਆ ਤਰੀਕੇ ਨਾਲ ਇਹਨੂੰ ਪਾ ਦਿਓ, ਰੇਤਾ ਮਿੱਟੀ ਨਹੀਂ ਇਹਨਾਂ 'ਚ ਕਿਸੇ 'ਚ ਵੀ ਹੋਣਾ ਚਾਹੀਦਾ, ਇਹ ਮੇਰਾ ਵੀਰ ਗੌਰ ਕਰ ਲਿਆ ਜੀ, ਠੀਕ ਹੈ। ਤੇ 15 ਕਿਲੋ ਪਸ਼ੂ ਖਾਂਦਾ ਇਹਨੂੰ ਐਵਰੇਜ, ਵੀ ਤੁਸੀਂ ਜੇ ਹਾਰਡ 'ਚ ਪਾਉਂਦੇ ਹੋ 5-7 ਪਸ਼ੂਆਂ ਨੂੰ, ਐਵਰੇਜ ਤੁਹਾਡੀ 15 ਕਿਲੋ ਆਊਗੀ 24 ਘੰਟਿਆਂ ਦੇ ਵਿੱਚ। ਹਾਂਜੀ, ਕੱਲਾ ਨੀਰਾ, 15 ਕਿਲੋ ਕੱਲਾ ਨੀਰਾ, ਕੱਲਾ ਨੀਰਾ, ਹਾਂਜੀ, ਨਾ ਤੂੜੀ ਨਾ ਪੱਠਾ, ਵੀ ਬਿਨਾਂ ਤੂੜੀ ਤੋਂ ਬਿਨਾਂ ਪੱਠੇ ਤੋਂ ਇਹ ਚੀਜ਼ ਆਪਾਂ ਪਾ ਸਕਦੇ ਹਾਂ। ਇਹਦੇ ਨਾਲ ਫਿਰ ਪੱਠੇ ਪਾਉਣ ਦੀ ਕੋਈ ਜ਼ਰੂਰਤ ਹੈ ਨਹੀਂ ਵੀ, ਜੇ ਦੇਖੋ ਪੱਠੇ ਵੀਰੇ ਮੇਰਾ ਵੀਰ ਅਲੱਗ ਚੀਜ਼ ਹੈ, ਇਹ ਅਲੱਗ ਚੀਜ਼ ਹੈ, ਇਹਦੇ 'ਚ ਆਪਦੇ ਗੁਣ ਹੈ, ਪੱਠਿਆਂ 'ਚ ਆਪਦੇ ਹੈ, ਵੀ ਉਹਦਾ ਅਲਟਰਨੇਟ ਜ਼ਰੂਰ ਹੈਗਾ ਵੀ ਜਦੋਂ ਤੁਹਾਡੇ ਕੋਲ ਪੱਠੇ ਘੱਟ ਹੈ, ਕੋਈ ਪ੍ਰੋਬਲਮ ਹੈ ਜਾਂ ਜਿਵੇਂ ਹੈ ਨਹੀਂ ਥੋੜੇ ਆ, ਤਾਂ ਇਹ ਨਾਲ ਪੈ ਸਕਦਾ, ਜੇ ਖਤਮ ਹੈ ਪੱਠੇ ਤਾਂ ਵੀ ਇਕੱਲਾ ਵੀ ਪੈ ਸਕਦਾ। ਅੱਛਾ, ਵੀ ਜੇ ਆਪਣੇ ਕੋਲ ਪੱਠੇ ਖਤਮ ਹੋ ਗਏ, ਹਾਂਜੀ, ਆਪਾਂ ਇਕੱਲੇ ਨੀਰੇ ਦੀ ਵਰਤੋਂ ਕਰ ਸਕਦੇ ਹਾਂ? ਹੋ ਸਕਦੀ ਹੈ ਜੀ, ਠੀਕ ਹੈ। ਤੇ ਇਹਦਾ ਫਿਰ ਰੇਟ ਕਿੰਨਾ ਰਹਿੰਦਾ, ਆਪਾਂ ਨੂੰ ਪਤਾ ਤਾਂ ਲੱਗੇ ਵੀ ਵੀਰੇ? ਏਰੀਏ ਦੇ ਹਿਸਾਬ ਨਾਲ ਅਲੱਗ ਅਲੱਗ ਹੁੰਦਾ ਵੀਰੇ ਇਹ, ਏਰੀਏ ਦੇ ਹਿਸਾਬ ਨਾਲ। ਬੀਕਾਨੇਰ ਏਰੀਏ ਦੇ ਵਿੱਚ 350-350 ਰੁਪਈਆਂ ਤੋਂ ਸਟਾਰਟ ਹੁੰਦਾ ਇਹ ਖੇਤਾਂ 'ਚ, ਹੁਣ ਕਿਸੇ ਏਰੀਏ 'ਚ ਇਹ 500 'ਚ ਪਹੁੰਚਦਾ, ਕਿਸੇ 'ਚ 700 ਪਹੁੰਚਦਾ, ਆਪਣੇ ਕੋਲੇ 700-800 ਦੇ ਵਿੱਚ ਪਹੁੰਚਦਾ, ਸੀਜ਼ਨ 'ਚ 600 ਰੁਪਏ, ਆਫ ਸੀਜ਼ਨ ਇਹ 700-800 ਰੁਪਏ 'ਚ ਪਹੁੰਚ ਜਾਂਦਾ। ਆ ਮੋਠ ਦਾ ਜਿਹੜਾ ਨੀਰਾ ਹੁੰਦਾ ਵੀਰੇ, ਇਹ ਪਹੁੰਚਦਾ ਜੀ, ਮਤਲਬ ਇਹ 100-200 ਰੁਪਏ ਮੂੰਗਫਲੀ ਤੋਂ ਸਸਤਾ ਪਹੁੰਚਦਾ ਜੀ। ਗਵਾਰੇ ਦਾ ਤਾਂ ਹੁਣ ਸਾਰਿਆਂ ਕੋਲੇ ਹੈਗਾ ਹੀ ਹੈ ਜੀ, ਇਹ 500-100 ਦੇ ਵਿੱਚ ਵਿੱਚ ਹੀ ਰਹਿ ਜਾਂਦਾ ਜੀ। ਵੀ ਮੂੰਗਫਲੀ ਦੇ ਨੀਰੇ ਦੀ ਆਪਾਂ ਗੱਲ ਕਰੀਏ, ਆਪਾਂ ਨੂੰ 700 ਰੁਪਿਆ ਆਪਣੇ ਏਰੀਏ 'ਚ, ਹਾਂਜੀ, ਤੇ ਮੋਠ ਦਾ ਨੀਰਾ ਇਹ ਮੋਠ ਦਾ 500-600 ਰੁਪਏ 'ਚ ਮਸਾ, ਤੇ ਗਵਾਰੇ ਦਾ, ਗਵਾਰੇ ਦਾ ਤਾਂ 500 ਤੋਂ ਅੰਦਰ ਹੀ ਰਹਿੰਦਾ ਜੀ। ਤੇ ਹੁਣ ਜੇ ਤੁਸੀਂ ਦੱਸਿਆ ਇਹ 15 ਕਿਲੋ ਆਪਣਾ ਪਸ਼ੂ ਖਾ ਜਾਂਦਾ, 15 ਕਿਲੋ ਹੀ ਇਹਨੂੰ ਖਾਊਗਾ ਮੇਰਾ ਵੀਰ, 15 ਕੀ ਇਹਨੂੰ ਖਾਊਗਾ, ਗਵਾਰੇ ਦਾ ਨਹੀਂ ਖਾਂਦਾ ਪਸ਼ੂ 15, ਤੇ ਪੌਣਾ 20 ਨਹੀਂ ਚਾਹੀਦਾ ਗਵਾਰੇ ਦਾ। ਅਸੀਂ ਇਹਨੂੰ 11ਵੇਂ ਮਹੀਨੇ ਤੋਂ ਲੈ ਕੇ ਮਾਰਚ ਅਪ੍ਰੈਲ ਤੱਕ ਇਹਦੀ ਵਰਤੋਂ ਕਰਦੇ ਹਾਂ, ਨਵੰਬਰ ਤੋਂ ਲੈ ਕੇ। ਨਹੀਂ, ਇਹਦੀ ਪੂਰਾ ਸਾਲ ਵਰਤੋਂ ਕਰ ਸਕਦੇ ਹਾਂ? ਨਹੀਂ, ਪੂਰਾ ਸਾਲ ਨਹੀਂ, 11ਵੇਂ ਮਹੀਨੇ ਤੋਂ ਲੈ ਕੇ ਮਾਰਚ ਅਪ੍ਰੈਲ ਤੱਕ, 5-6 ਮਹੀਨੇ ਅਸੀਂ ਇਹਦੀ ਵਰਤੋਂ ਕਰਦੇ ਹਾਂ। ਮਿਕਸਿੰਗ 'ਚ ਇਹਨੂੰ ਲੈਂਦੇ ਹਾਂ, ਜਿਵੇਂ ਆਪਾਂ ਤੂੜੀ ਪਾਉਂਦੇ ਹਾਂ, ਤੂੜੀ ਦੀ ਜਗ੍ਹਾ ਅਸੀਂ ਇਹਨੂੰ ਤੂੜੀ ਦੀ ਵਰਤਦੇ ਹਾਂ। ਵੀ ਇਹਨੂੰ ਇਕੱਲਾ ਨਹੀਂ ਪਾ ਸਕਦੇ? ਨਹੀਂ, ਇਕੱਲਾ ਥੋੜਾ ਜਿਹਾ ਕੀ ਹੈ ਵੀ ਇਹ ਹਰੇਕ ਪਸ਼ੂ ਦੇ ਸੈੱਟ ਨਹੀਂ ਆਉਂਦਾ ਮੇਰਾ ਵੀਰ, ਪੀਐਚ ਉੱਪਰ ਨੀਚੇ ਕਰ ਦਿੰਦਾ ਪਸ਼ੂ ਦਾ। ਠੀਕ ਹੈ, ਵੀ ਗਵਾਰੇ ਦਾ ਨੀਰਾ ਆਪਾਂ ਇਕੱਲਾ ਨਹੀਂ ਪਾ ਸਕਦੇ? ਹਾਂਜੀ, ਅਸੀਂ ਤਾਂ ਨੀਰਾ ਨਹੀਂ ਪਾਉਂਦੇ, ਟਾਈਮ ਪੀਰੀਅਡ ਵੀ ਇਹਦਾ ਲਿਮਿਟਿਡ ਆ, ਪੂਰਾ ਸਾਲ ਨਹੀਂ ਇਹਨੂੰ ਆਪਾਂ, ਪੂਰਾ ਸਾਲ ਥੋੜਾ ਜਿਹਾ ਕਿਤੇ ਨਾ ਕਿਤੇ ਗਰਮ ਮੰਨਿਆ ਜਾਂਦਾ, ਅਸੀਂ ਵੇਖਿਆ ਨਹੀਂ ਪਾ ਕੇ ਗਰਮੀਆਂ 'ਚ, ਪਰ ਅਸੀਂ ਕਦੇ ਪਾਇਆ ਵੀ ਨਹੀਂ ਵੀ ਜਿਵੇਂ ਹੁਣ ਸੁਣਨ 'ਚ ਆਉਂਦਾ ਜਾਂ। ਵੀ ਆਪਣੇ ਮੂੰਗਫਲੀ ਦੇ ਨੀਰੇ ਦੀ ਗੱਲ ਕੰਪਲੀਟ ਹੋ ਗਈ ਹੈ ਨਾ, ਵੀ ਇਹ 15 ਕਿਲੋ ਪਸ਼ੂ ਖਾ ਜਾਂਦਾ, 15 ਕਿਲੋ ਹੀ ਮੂੰਗਫਲੀ ਦਾ ਖਾਂਦਾ ਵੀਰੇ, 10-15 ਕਿਲੋ ਹੀ ਮਤਲਬ ਮੋਠ ਦਾ ਖਾਂਦਾ। ਤੇ ਇਹਦਾ ਰੇਟ ਵੀ ਆਪਾਂ ਦੱਸਿਆ ਸੀ ਵੀ 700 ਰੁਪਈਆ ਆਪਣੇ ਏਰੀਆ 'ਚ, ਹਾਂਜੀ, ਤੇ ਕਿਲੋ ਫਿਰ ਜਿਵੇਂ 15 ਕਿਲੋ ਖਾ ਗਿਆ ਕਿੰਨਾ ਕਰ ਬਹਿ ਗਿਆ? 7-5-35-105 ਰੁਪਏ ਹੋ ਗਿਆ, 7-5-35, ਹਾਂ, 105 ਰੁਪਏ ਇੱਕ ਦਿਨ ਦੀ ਖੁਰਾਕ ਆਪਣੇ ਪਸ਼ੂ ਦੀ ਹੋ ਗਈ, ਹਾਂਜੀ। ਤੇ ਹੁਣ ਇਹਦੀ ਇਹਦੀ ਗੁਣਕਾਰੀ ਚੀਜ਼ਾਂ ਕਿਹੜੀਆਂ ਕਿਹੜੀਆਂ ਇਹਦੇ ਵਿੱਚ, ਫਾਇਦਾ ਕੀ ਕਰਦਾ? ਇਹਨਾਂ 'ਚ ਵੀਰੇ ਵੈਸੇ ਤਾਂ ਇਹ ਕੁਦਰਤੀ ਚੀਜ਼ ਹੀ ਹੈ ਮੇਰਾ ਵੀਰ, ਇਹਨਾਂ 'ਚ ਸਭ ਕੁਛ ਹੀ ਹੈ, ਇਹਨਾਂ 'ਚ ਪ੍ਰੋਟੀਨ ਵੀ ਹੈ, ਵੈਸੇ ਇਹਨਾਂ 'ਚ ਸਟਾਰਚ ਦੀ
ਕਮੀ ਹੁੰਦੀ ਹੈ ਕਿਤੇ ਨਾ ਕਿਤੇ, ਜਿਵੇਂ ਸਾਈਲੇਜ ਚ ਸਟਾਰਚ ਹੁੰਦਾ, ਇਹਨਾਂ ਚ ਮੇਰਾ ਵੀਰ ਸਭ ਕੁਛ ਹੁੰਦਾ ਕੁਦਰਤੀ। ਹੁਣ ਜੇ ਤੁਸੀਂ ਇਹਦਾ ਡੂੰਘੇ ਜਾਵਾਂਗੇ, ਇਹ ਚ ਪ੍ਰੋਟੀਨ ਵੀ ਮਿਲੂਗਾ, ਐਸ਼ ਵੀ ਇਹਦੇ ਚ, ਸਟਾਰਚ ਨੀ ਮਿਲਣਾ, ਐਨਰਜੀ ਵੀ ਇਹਨਾਂ ਚ ਮਿਲਦੀ ਹੈ, ਮੈਗਨੀਸ਼ੀਅਮ, ਇਹ ਕੁਦਰਤੀ ਚੀਜ਼ਾਂ ਜਿਹੜੀਆਂ, ਕੁਦਰਤੀ ਸਾਰੇ ਕਾਣਾ ਮੇਰਾ ਵੀਰ ਉਹ ਵੀ ਸਭ ਮਿਲ ਜਾਂਦੇ ਇਹਨਾਂ। ਇਹਦੇ ਵਿੱਚ ਮੂੰਗਫਲੀਆਂ ਵੀ ਆਏ ਵੇਖ ਸਕਦੇ ਤੁਸੀਂ, ਮੂੰਗਫਲੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਨਾ। ਹਾਂਜੀ, ਵਾਹਵਾ ਹੀ ਆ ਜਾਂਦੀ ਹੈ, ਜਾਣੀ ਅੱਜ ਕੱਲ੍ਹ ਵਾਲੀਆਂ ਮਸ਼ੀਨਾਂ ਥੋੜ੍ਹੀਆਂ ਜਿਹੀਆਂ ਘੱਟ ਆ, ਪਰ ਮੂੰਗਫਲੀ ਫਿਰ ਵੀ ਆਉਂਦੀ ਹੈ ਵਿੱਚ, ਇਹਦੇ ਜ਼ਰੂਰ ਆਉਂਦੀ ਹੈ। ਠੀਕ ਹੈ, ਤੇ ਹੁਣ ਮੁੱਠਾਂ ਦੇ ਨੀਰੇ ਦਾ ਕੀ ਫਾਇਦਾ ਹੈ ਪਸ਼ੂ ਨੂੰ? ਇਹ ਸੇਮ ਹੀ ਹੈ ਜੀ, ਬਸ ਜਿਵੇਂ ਹੁਣ ਆਪਣੇ ਪੱਠਿਆਂ ਦੀ ਗੱਲ ਕਰ ਲਈਏ ਆਪਾਂ, ਜਿਵੇਂ ਮੇਰਾ ਵੀਰ ਆਪਾਂ ਪੱਠਾ, ਹਰਾ ਪੱਠਾ, ਬਰਸੀਨ ਵੀ ਪਾਉਂਦੇ ਹਾਂ, ਜਵਾਰ ਵੀ, ਬਸ ਇਹ ਵੀ ਨੀਰਾ ਹੀ ਹੈ, ਇਹ ਵੀ ਵਧੀਆ ਚੀਜ਼ ਹੈ, ਇਹਦੇ ਚ ਵੀ ਮੋਠ ਕਿਤੇ ਨਾ ਕਿਤੇ ਛਾਣ ਚ ਬਰੀਕ ਮੋਠ ਆ ਜਾਂਦਾ। ਚਲੋ ਮੋਠਾਂ ਦੀ ਨਾ ਵੀ ਆਪਾਂ ਗੱਲ ਕਰੀਏ, ਆਪਾਂ ਬਗੈਰ ਸਟਾਰਚ ਹੀ ਇਹਨੂੰ ਗਿਣੀਏ, ਦਾਣੇ ਤੋਂ ਬਿਨਾਂ ਵੀ ਇਹਨੂੰ ਗਿਣੀਏ, ਤਾਂ ਵੀ ਇਹ ਵਧੀਆ ਚੀਜ਼ ਹੁੰਦੀ ਹੈ ਜੀ। ਇਹਨਾਂ ਦੇ ਪੱਤੇ ਹੁੰਦੇ ਆ ਜੀ ਆ ਹਰੇ, ਠੀਕ ਹੈ, ਇਹ ਪਸ਼ੂ ਵਾਸਤੇ ਬਹੁਤ ਗੁਣ ਗੁਣਕਾਰੀ ਆ। ਵੇਖੋ ਮੇਰਾ ਵੀਰ, ਇਹ ਚ ਫਲੀਆਂ ਵੀ ਹੁੰਦੀਆਂ, ਠੀਕ ਹੈ, ਇਹ ਸਭ ਪਸ਼ੂਆਂ ਦੀ ਮਤਲਬ ਇਹ ਜਗਾਲੀ ਦੇ ਵਿੱਚ ਆਉਣ ਵਾਲੀ ਚੀਜ਼ ਹੈ। ਇਹ ਵੀ ਆਪਾਂ ਬਾਈ ਪੂਰਾ ਸਾਲ ਵਰਤੋਂ ਕਰ ਸਕਦੇ? ਹਾਂਜੀ ਹਾਂਜੀ, ਇਹ ਵੀ ਇਹ ਦੋਨਾਂ ਦੀ ਤਾਂ ਵਰਤੋਂ ਵੀ ਸੇਮ ਆ, ਰੇਟ ਵੀ ਲਗਭਗ ਸੇਮ ਆ। ਹਾਂਜੀ, ਤੇ ਇਹਨਾਂ ਦੇ ਵਿੱਚ ਜਿਹੜੇ ਤੱਤ ਆ ਉਹ ਵੀ ਸੇਮ ਆ, ਸੇਮ ਹੀ ਆ। ਹਾਂਜੀ, ਤੇ ਅੱਡ ਆਪਣਾ ਗਵਾਰੇ ਦਾ ਨੀਰਾ, ਗਵਾਰੇ ਦੇ ਨੀਰੇ ਦੀ ਇੱਕ ਹੀ ਬਸ ਹੈਗੀ ਆ ਵੀ ਇਹ ਜਦੋਂ ਗਵਾਰੇ ਦਾ ਨੀਰਾ ਪੈਂਦਾ, ਇਹਦੇ ਨਾਲ ਪਸ਼ੂ ਨਾਲ ਅਸੀਂ ਨੋਟ ਕਰਿਆ ਇਹ, ਚਲੋ ਗਾਹਾਂ ਨੀ ਜ਼ਿਆਦਾ ਨਹੀਂ ਪਤਾ ਸਾਨੂੰ, ਪਰ ਇਹਦੇ ਚ ਅਸੀਂ ਨੋਟ ਕਰਿਆ ਵੀ ਜਾਣੀ ਜਦੋਂ ਇਹ ਪੈਂਦਾ ਤੇ ਇਹਦੇ ਨਾਲ ਪ੍ਰੋਡਕਸ਼ਨ ਤੇ ਫਰਕ ਪੈਂਦਾ, ਮਿਲਕ ਪ੍ਰੋਡਕਸ਼ਨ ਘਟਦਾ ਕਿ ਵੱਧਦਾ? ਵੱਧਦਾ ਵੀਰ, ਇਹਦੇ ਨਾਲ ਵੱਧਦਾ। ਹਾਂਜੀ, ਤੇ ਇੱਕ ਕੋਮਨ ਜਿਹਾ ਸਵਾਲ ਆਏ ਹੁੰਦਾ ਵੀ ਜਿਹੜੇ ਇਹ ਨੀਰੇ ਬਣੇ ਆ ਹਨਾ, ਹਾਂਜੀ, ਇਹ ਆਪਣੇ ਜਿਹੜੇ ਦੇਸੀ ਪਸ਼ੂ ਹੁੰਦੇ ਆ, ਜਾਨਵਰ ਕਹਿ ਸਕਦੇ, ਉਹਨਾਂ ਵਾਸਤੇ ਬਣੇ ਸੀ? ਇਹ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਐਚਐਫ ਗਾਈਆਂ ਨਾਲ ਨਹੀਂ, ਪਸ਼ੂ ਤਾਂ ਪਸ਼ੂ ਹੀ ਆ ਵੀਰੇ, ਉਹ ਵੀ ਜਗਾਲੀ ਕਰਦੇ, ਇਹ ਵੀ ਜਗਾਲੀ ਕਰਦੇ ਆ, ਬਾਕੀ ਆਪਣੇ ਹਲੇ ਆਪਣੇ ਏਰੀਏ ਚ ਤਾਂ ਉਨੀ ਪਿਓਰ ਐਚਐਫ ਹੈ ਨੀ ਵੀ ਆਪਾਂ ਜਿਹੜੀ ਅਮਰੀਕਾ ਵਾਲੀ ਕਹਿ ਦਈਏ, ਜਿਵੇਂ ਇੰਪੋਰਟ ਹੋ ਗਈ ਆਸਟ੍ਰੇਲੀਆ ਵਾਲੀ, ਉਹ ਤਾਂ ਮੇਰਾ ਵੀਰ ਹੈ ਨੀ ਗੀ, ਇਹ ਤਾਂ ਇਹ ਵੀ ਤਾਂ ਕਿਤੇ ਨਾ ਕਿਤੇ ਕਰਾਸ ਹੀ ਹੈ, ਐਨੀਮਲ 25-30 ਲੀਟਰ ਵਾਲਾ, ਐਨੀਮਲ 35 ਵਾਲਾ, ਬਾਕੀ ਖਾ ਲੈਂਦੇ, ਇਹਦਾ ਕੋਈ ਸਾਈਡ ਇਫੈਕਟ ਕੋਈ ਨੀਗਾ, ਵੀ ਅਸੀਂ ਤਾਂ ਹੁਣ ਪਾਉਣੇ ਹੀ ਆ, ਇਹ ਤਾਂ ਜ਼ਰੂਰਤਾਂ ਵੀਰੇ ਸਮੇਂ ਦੀਆਂ। ਹੁਣ ਹਰੇਕ ਪਸ਼ੂ ਨੂੰ ਆਪਾਂ ਸਾਈਲੇਜ ਤਾਂ ਨਹੀਂ ਮੇਰਾ ਵੀਰ ਪਾ ਸਕਦੇ ਹਰ ਟਾਈਮ। ਤੇ ਇੱਕ ਬਾਈ ਜੀ, ਜਿਹੜੀ ਚੀਜ਼ ਆਪਣੇ ਏਰੀਏ ਦੀ ਹੈ, ਜੇ ਆਪਾਂ ਉਹਨੂੰ ਉਹਦੀ ਕਿਤੇ ਨਾ ਕਿਤੇ ਮੇਰਾ ਵੀਰ ਵਰਤੋਂ ਕਰਾਂਗੇ, ਤਾਂ ਆਪਾਂ ਨੂੰ 2 ਰੁਪਏ ਸਾਲ ਭਰ ਜਿਹੜੇ ਉਹ ਬਚਤ ਹੁੰਦੀ ਹੈ, ਬਚਤ ਹੋਊਗੀ, ਏਰੀਆ ਕਰਕੇ ਵੀ ਆਪਾਂ ਨੂੰ ਰੇਟ ਸਸਤਾ ਮਿਲ ਸਕਦਾ ਹੈ ਇਹਨਾਂ ਦਾ। ਵੀ ਹੁਣ ਪੰਜਾਬ ਵਾਲਿਆਂ ਨੂੰ ਮੇਰਾ ਵੀਰ ਸਾਈਲੇ ਸਸਤਾ ਪੈਂਦਾ, ਉਹਨਾਂ ਦੇ ਮਿਲਦਾ ਵੀ ਹੈ, ਉਹ ਪਾਉਂਦੇ ਵੀ ਹੈ, ਉਹਨਾਂ ਟਰਾਂਸਪੋਰਟ ਵੀ ਸਸਤੀ, ਆਪ ਵੀ ਪਾ ਲੈਂਦੇ ਆ ਆਪਣੇ। ਹੁਣ ਉਹ ਚੀਜ਼ਾਂ ਥੋੜੀਆਂ ਜਿਹੀਆਂ ਔਖੀਆਂ, ਤਾਂ ਆਪਾਂ ਵੀ ਹੋਰ ਜਿਹੜੀਆਂ ਵੀ ਚੀਜ਼ਾਂ ਆਪਣੇ ਏਰੀਆ 'ਚੋਂ ਮਿਲਦੀਆਂ ਉਹਨਾਂ ਦੀ ਵਰਤੋਂ ਕਰਕੇ ਤੇ ਆਪਾਂ ਪੂਰਾ ਸਾਲ ਪਸ਼ੂਆਂ ਨੂੰ ਉਹਨਾਂ ਦੀ ਬਣ ਦਿੱਤਾ। ਇਹ ਵਿਕਲਪ ਆ ਇੱਕ ਆਪਣੇ ਕੋਲੇ, ਹਾਂ ਵੀ ਜੇ ਆਪਾਂ ਨੂੰ ਸਾਈਲੇਜ ਨਹੀਂ ਮਿਲ ਰਿਹਾ, ਆਪਾਂ ਇਹਨਾਂ ਦੀ ਵਰਤੋਂ ਕਰਕੇ ਆਪਣੇ ਪਸ਼ੂ ਰੱਖ ਸਕਦੇ ਹਾਂ। ਹਾਂਜੀ ਹਾਂਜੀ, ਤੇ ਇੱਕ ਜਿਵੇਂ ਹੋਰ ਸਵਾਲ ਆਏ ਆ ਵੀ ਆਪਾਂ ਇਕੱਲੇ ਨੀਰੇ ਦੇ ਸਿਰ ਤੇ ਹੀ ਆਪਣੇ ਪਸ਼ੂ ਪਾਲ ਸਕਦੇ ਹਾਂ, ਜਿਵੇਂ ਤੁਸੀਂ ਦੱਸਿਆ ਵੀ ਇਹ ਤੂੜੀ ਦੀ ਥਾਂ ਪੈ ਜਾਂਦਾ। ਹਾਂਜੀ, ਤੂੜੀ ਤਾਂ ਆਪਾਂ ਤਾਂ ਹੁਣ ਤੂੜੀ ਪਾਉਂਦੇ ਹੀ ਨਹੀਂ ਗੇ ਵੈਸੇ, ਆਪਾਂ ਤਾਂ ਇਹੀ ਪਾਉਂਦੇ ਹਾਂ। ਕੱਲੇ ਨੀਰੇ ਤੇ ਤਾਂ ਇਸ ਤਰ੍ਹਾਂ ਮੇਰਾ ਵੀਰ ਵੀ ਕਿਤੇ ਨਾ ਕਿਤੇ ਉਹਨੂੰ ਹਰਾ ਮਿਲ ਜਾਵੇ, ਤਾਂ ਜਿਹੜੇ ਹਰੇ ਚ ਕੁਦਰਤੀ ਕਣ ਹੁੰਦੇ ਆ ਉਹ ਉਹਨੂੰ ਮਿਲ ਜਾਣ ਤਾਂ ਜ਼ਿਆਦਾ ਚੰਗਾ, ਪਰ ਜ਼ਿਆਦਾਤਰ ਬੀਕਾਨੇਰ ਏਰੀਏ ਜਾਂ ਕੁਛ ਏਰੀਏ ਚ ਨਾ ਕੱਲੇ ਨੀਰੇ ਤੇ ਵੀ ਪਾਲੇ ਜਾਂਦੇ ਆ, ਆਪਾਂ ਕਦੇ ਪਾਲੇ ਨੀ ਕੱਲੇ ਨੀਰੇ ਤੇ ਪੂਰਾ ਸਾਲ ਆਪਾਂ ਕਹਿ ਨਹੀਂ ਸਕਦੇ, ਕਿਉਂ ਆਪਾਂ ਆਪਣੀ ਆਪਣਾ ਜਾਣੀ ਹੁੰਦਾ ਮੇਰਾ ਵੀਰ ਮਨ ਹੁੰਦਾ ਵੀ ਆਪਾਂ ਵੱਧ ਤੋਂ ਵੱਧ ਪਸ਼ੂ ਨੂੰ ਖੁਰਾਕਾਂ ਉਹਦੀਆਂ ਪੂਰੀਆਂ ਕਰੀਏ, ਤਾਂ ਆਪਾਂ ਹਰਾ ਵੀ ਨਾਲ ਪਾਉਂਦੇ ਆ ਜੀ। ਤੇ ਇੱਕ ਬਾਈ ਡਰ ਵੀ ਹੁੰਦਾ ਹਨਾ ਵੀ ਜੇ ਆਪਾਂ ਮੂੰਗਫਲੀ ਦਾ ਨੀਰਾ ਲਿਆਵਾਂਗੇ, ਹਾਂਜੀ, ਇਹਦੇ ਵਿੱਚ ਕਹਿੰਦੇ ਵੀ ਉੱਲੀ ਵਾਲਾ ਜਿਹੜਾ ਚੱਕਰ ਹੁੰਦਾ, ਹਾਂਜੀ ਸੁਣਿਆ ਹੀ ਹੋਣਾ, ਹਾਂਜੀ ਹਾਂਜੀ, ਵੀ ਉਹ ਆਪਣੇ ਪਸ਼ੂਆਂ ਨੂੰ ਖਰਾਬ ਕਰ ਸਕਦਾ? ਇਹ ਵੀਰੇ ਵੈਸੇ ਤਾਂ ਮਾੜਾ ਮੋਟਾ ਇਸ ਨੀਰੇ ਚ ਹੁੰਦਾ ਹੀ ਮਾੜਾ ਮੋਟਾ ਤਾਂ, ਪਰ ਇਹ ਡਿਪੈਂਡ ਕਰਦਾ ਵੀ ਨੀਰੇ ਦੀ ਕੁਆਲਿਟੀ ਕਿਹੋ ਜੀ ਆ,
ਉਹਦੇ ਤੇ ਵੀ ਡਿਪੈਂਡ ਕਰਦਾ। ਬਾਕੀ ਜੇ ਤੁਸੀਂ ਚੰਗਾ ਫੀਡ ਪਾਉਂਦੇ ਹੋ, ਚੰਗੀ ਖੁਰਾਕ ਪਾਉਂਦੇ ਹੋ ਤਾਂ ਉਹਦੇ ਚ ਟੌਕਸਿਨ ਬਾਈਂਡਰ ਹੁੰਦਾ, ਇੰਨੀ ਕੁ ਉਹ ਕਵਰ ਕਰ ਲੈਂਦਾ। ਵੀ ਅਸੀਂ ਤਾਂ ਹੁਣ ਜਾਣੀ ਪਾ ਰਹੇ ਹਾਂ, ਸਾਨੂੰ ਤਾਂ ਕੋਈ ਇਹਦਾ ਸਾਈਡ ਇਫੈਕਟ ਲੱਗਿਆ ਨੀ। ਵੀ ਜਾਣੀ ਹੁਣ ਜਿਹੜਾ ਵੀਰ ਜਿਵੇਂ ਜਿਵੇਂ ਪਾਊਗਾ ਉਹ ਆਪਦਾ ਵੇਖ ਲਵੇ, ਫਿਰ ਆ ਮੋਠ ਦਾ ਵੇਖ ਲਵੇ, ਨਹੀਂ ਤਾਂ ਜਿਹੜਾ ਜਿਵੇਂ ਜਿਹਨੂੰ ਮਿਲਦਾ। ਇਹਦੇ ਵਿੱਚ ਤਾਂ ਕੋਈ ਇਹਦੇ ਸਾਨੂੰ ਤਾਂ ਵੀਰੇ ਕਿਸੇ ਚ ਵੀ ਨੀ ਪ੍ਰੋਬਲਮ ਆਈ, ਜੇ ਸਾਡੇ ਕਨੀਓ ਪੁੱਛੋ ਤੁਸੀਂ, ਆਪਾਂ ਨੂੰ ਮੇਰਾ ਵੀਰ ਕਿਸੇ ਚ ਨੀ ਪ੍ਰੋਬਲਮ ਆਈ। ਠੀਕ ਹੈ ਜੀ, ਤੇ ਲਓ ਜੀ ਇਹ ਵੀਡੀਓ ਸੀਗੀ ਆਪਣੀ ਨੀਰਿਆਂ ਨੂੰ ਲੈ ਕੇ ਆਪਾਂ ਬਣਾਈ ਸੀਗੀ, ਵੀ ਆਪਾਂ ਤੂੜੀ ਦੀ ਥਾਂ ਤੇ ਜਾਂ ਸਾਈਲੇਜ ਦੀ ਥਾਂ ਤੇ ਆਪਾਂ ਕਿਹੜੇ ਕਿਹੜੇ ਨੀਰਿਆਂ ਦੀ ਵਰਤੋਂ ਕਰ ਸਕਦੇ ਹਾਂ, ਕਿੰਨੀ ਮਾਤਰਾ ਦੇ ਵਿੱਚ ਕਰ ਸਕਦੇ ਹਾਂ, ਤੇ ਇਹਨਾਂ ਦੇ ਜਿਹੜੇ ਸਾਈਡ ਇਫੈਕਟ ਆ ਉਹ ਵੀ ਆਪਾਂ ਤੁਹਾਨੂੰ ਦੱਸਿਆ। ਵੈਸੇ ਤਾਂ ਸਾਈਡ ਇਫੈਕਟ ਹੈ ਨਹੀਂ, ਜਿਵੇਂ ਉੱਲੀ ਵਾਲਾ ਸਾਈਡ ਇਫੈਕਟ ਸੀਗਾ ਉਹ ਬਾਈ ਜੀ ਕਹਿੰਦੇ ਵੀ ਪਸ਼ੂ ਹੈ ਜਿਹੜਾ ਆਪੇ ਉਹ ਡਾਈਜੈਸਟ ਕਰ ਲੈਂਦਾ ਹਨਾ ਉਹਨੂੰ। ਤੇ ਆਪਣੀ ਇਹ ਜਾਣਕਾਰੀ ਵਧੀਆ ਲੱਗੀ ਹੋਵੇ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਇਹੋ ਜਿਹੀਆਂ ਹੀ ਡੇਰੀ ਫਾਰਮ ਰਿਲੇਟਡ ਖੇਤੀਬਾੜੀ ਦੇ ਰਿਲੇਟਡ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਇਹਦੇ ਚ ਇੱਕ ਹੋਰ ਆ ਵੀਰੇ, ਵੀ ਜਦੋਂ ਆਪਣੇ ਕੋਲੇ ਹਰਾ ਪੱਠਾ ਮੁੱਕ ਜਾਂਦਾ, ਆਪਾਂ ਕੱਲਾ ਮੂੰਗਫਲੀ ਦਾ ਨੀਰਾ ਜਾਂ ਮੋਠ ਦਾ ਪਾਉਂਦੇ ਆ ਨਾ, ਆਪਣੇ ਐਨੀਮਲ ਜਿਹੜੇ ਪਸ਼ੂ ਆ ਆਪਣੇ ਸਿਰਫ 1-2 ਕਿਲੋ ਦੁੱਧ ਹੀ ਡ੍ਰੌਪ ਕਰਦੇ ਆ। ਠੀਕ ਹੈ, ਇਹ ਸੇਮ ਬੈਲੈਂਸ ਹੀ ਚੱਲਦਾ, ਬੈਲੈਂਸ ਚੱਲੂਗਾ, ਬੈਲੈਂਸ ਬੈਲੈਂਸ। ਤੇ ਇਹ ਵੀ ਇਸ ਚੀਜ਼ ਦਾ ਫਾਇਦਾ ਹੋ ਗਿਆ। ਤੇ ਬਾਕੀ ਬਾਈ ਨੇ ਆਖਿਆ ਵੀ ਜਿਵੇਂ ਆਪਣੇ ਰਾਜਸਥਾਨ ਦੇ ਵਿੱਚ ਸਾਈਲੇਜ ਦੀ ਜਿਹੜੀ ਪ੍ਰੋਬਲਮ ਹੈ, ਸਾਈਲੇਜ ਜਿਵੇਂ ਪੰਜਾਬ ਵਾਲੇ ਵੀਰਾਂ ਨੂੰ ਤਾਂ ਸਾਈਲੇਜ ਮਿਲ ਜਾਂਦਾ ਮੱਕੀ ਦਾ, ਆਪਣੇ ਇਹ ਵਿਕਲਪ ਹੈ ਇੱਕ ਹਿਸਾਬ ਦਾ, ਮਿਲ ਤਾਂ ਆਪਾਂ ਨੂੰ ਵੀ ਜਾਂਦਾ ਪਰ ਆਪਾਂ ਨੂੰ ਮਹਿੰਗਾ ਮਿਲਦਾ, ਮਹਿੰਗਾ ਮਿਲਦਾ। ਹਾਂਜੀ, ਤੇ ਇਹ ਇੱਕ ਵਿਕਲਪ ਦੇ ਰੂਪ ਚ ਆਪਾਂ ਇਹਨੂੰ ਦੇਖ ਸਕਦੇ ਨੀਰਿਆਂ ਨੂੰ। ਮੂੰਗੀ ਦਾ ਨੀਰਾ ਵੀ ਆਪਣੇ ਕੋਲ ਇੱਥੇ ਹੈ ਨਹੀਂ, ਪੈ ਮੂੰਗੀ ਦਾ ਵੀ ਪੈ ਜਾਂਦਾ ਜੇ ਕਿਸੇ ਵੀਰ ਕੋਲੇ ਮੂੰਗੀ ਦਾ ਹੋਵੇ। ਠੀਕ ਹੈ, ਤਾਂ ਮੂੰਗੀ ਦਾ ਵੀ ਪਾ, ਮਾਤਰਾ ਉਹਦੀ ਵੀ ਸੇਮ ਹੀ ਰਹਿੰਦੀ, ਬਸ ਉਹ ਵੀ ਇੰਨਾ ਕੀ ਖਾਊਗਾ ਐਨੀਮਲ, ਇਦੂ ਜ਼ਿਆਦਾ ਨਹੀਂ ਖਾਂਦਾ। ਆਪਾਂ ਵੱਡੇ ਐਨੀਮਲ ਦੀ ਗੱਲ ਕਰ ਰਹੇ ਹਾਂ, ਜੇ ਕਿਸੇ ਵੀਰ ਕੋਲੇ ਕ੍ਰੋਸ ਦੀ ਛੋਟੀ ਗਾਂ ਤਾਂ ਉਹ 15 ਕਿਲੋ ਵੀ ਨਹੀਂ ਖਾਂਦੇ। ਠੀਕ ਹੈ ਜੀ, ਤੇ ਲਓ ਜੀ ਇਹ ਸੀਗੀ ਆਪਣੀ ਨੀਰਿਆਂ ਨੂੰ ਲੈ ਕੇ ਜਾਣਕਾਰੀ। ਆਪਣੀ ਵੀਡੀਓ ਵਧੀਆ ਲੱਗੀ ਹੋਵੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ, ਤੇ ਬਾਕੀ ਜੇ ਤੁਸੀਂ ਹੋਰ ਵੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਕਮੈਂਟ ਕਰਕੇ ਆਪਦੀ ਰਾਇ ਰੱਖਿਆ ਕਰੋ, ਆ ਜਾਣਕਾਰੀਆਂ ਪੁੱਛਿਆ ਕਰੋ, ਆਪਾਂ ਉਸ ਦੇ ਉੱਤੇ ਜ਼ਰੂਰ ਚਰਚਾ ਕਰਾਂਗੇ। ਹੁਣ ਮਿਲਦੇ ਹਾਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ। ਧੰਨਵਾਦ ਜੀ ਸਾਰਿਆਂ ਦਾ, ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ।